ਇੱਕ ਤੇਜ਼ ਰਫ਼ਤਾਰ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਦੇ ਵਿੱਚ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਿਲ ਦੱਸੇ ਜਾ ਰਹੇ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇੱਕ ਬੱਸ ਜਦੋਂ ਬੇਕਾਬੂ ਹੁੰਦੀ ਹੈ ਤਾਂ ਡਿਵਾਈਡਰ ਨੂੰ ਤੋੜਦੀ ਹੋਈ ਦੂਜੀ ਲੇਨ 'ਚ ਜਾ ਵੜਦੀ ਹੈ ਅਤੇ ਦੂਜੀ ਲੇਨ ਦੇ ਵਿੱਚ ਜੋ ਵਾਹਨ ਜਾ ਰਹੇ ਹੁੰਦੇ ਨੇ 3 ਵਾਹਨਾਂ ਨੂੰ ਇਸ ਬੱਸ ਦੇ ਵੱਲੋਂ ਟੱਕਰ ਮਾਰੀ ਗਈ ਹੈ ਜਿਸ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਬੱਸ ਜੋ ਹੈ ਖਦਾਨਾਂ ਦੇ ਵਿੱਚ ਜਾ ਕੇ ਲਟਕ ਜਾਂਦੀ ਹੈ ਅਤੇ ਜਿਵੇਂ ਹੀ ਇਸ ਨੂੰ ਰੈਸਕਿਊ ਕਰਨ ਲੱਗਦੇ ਨੇ ਜੇਸੀਬੀ ਮੰਗਾਈ ਜਾਂਦੀ ਹੈ ਇਸ ਨੂੰ ਰੈਸਕਿਊ ਦੇ ਲਈ ਕ੍ਰੇਨ ਮੰਗਾਈ ਜਾਂਦੀ ਹੈ ਤਾਂ ਇਹ ਇੱਕ ਪਾਸੇ ਨੂੰ ਹੀ ਪਲਟੀ ਹੋ ਜਾਂਦੀ ਹੈ। ਤਾਂ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਤਾਂ ਭਿਆਨਕ ਸੜਕ ਹਾਦਸਾ ਗੁਜਰਾਤ ਦੇ ਦੁਆਰਕਾ ਦੇ ਵਿੱਚ ਵਾਪਰਿਆ। ਜਦੋਂ ਸ਼ਾਮ ਨੂੰ 8:45 ਵਜੇ ਦੇ ਕਰੀਬ ਇਹ ਬੱਸ ਜਾ ਰਹੀ ਸੀ ਤਾਂ ਅਚਾਨਕ ਹੀ ਆਪਣਾ ਸੰਤੁਲਨ ਖੋ ਬੈਂਦੀ ਹੈ। ਸੰਤੁਲਨ ਖੋਣ ਤੋਂ ਬਾਅਦ ਡਿਵਾਈਡਰ ਦੇ ਵਿੱਚ ਵੱਜਦੀ ਹੈ, ਡਿਵਾਈਡਰ ਨੂੰ ਤੋੜਦੀ ਹੋਈ ਦੂਜੀ ਲੇਨ 'ਚ ਜਾ ਵੜਦੀ ਹੈ। ਤਾਂ ਦੂਜੀ ਲੇਨ ਦੇ ਵਿੱਚ ਪਹੁੰਚਣ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਸ ਦੇ ਵੱਲੋਂ 3 ਗੱਡੀਆਂ ਨੂੰ ਆਪਣੀ ਚਪੇੜ ਦੇ ਵਿੱਚ ਲਿਆ ਗਿਆ ਅਤੇ ਜਿਸ ਦੇ ਵਿੱਚ 3 ਗੱਡੀਆਂ ਦਾ ਵੱਡਾ ਨੁਕਸਾਨ ਹੋਇਆ ਅਤੇ 7 ਲੋਕਾਂ ਦੀ ਇਸ ਭਿਆਨਕ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਜੋ ਬੱਸ ਹੈ ਉਹ ਖਦਾਨਾਂ ਦੇ ਵਿੱਚ ਪਲਟੀ ਹੋਈ ਨਜ਼ਰ ਆ ਰਹੀ ਹੈ ਅਤੇ ਇਸੇ ਦੌਰਾਨ ਜਦੋਂ ਇਸ ਬੱਸ ਨੂੰ ਰੈਸਕਿਊ ਕੀਤਾ ਜਾ ਰਿਹਾ ਸੀ ਤਾਂ ਉਸੇ ਦੌਰਾਨ ਇਹ ਬੱਸ ਮੁੜ ਤੋਂ ਪਲਟ ਜਾਂਦੀ ਹੈ ਅਤੇ ਇਸ ਦੀਆਂ ਤਸਵੀਰਾਂ ਵੀ ਹੁਣ ਸਾਹਮਣੇ ਆਈਆਂ ਨੇ। ਤਾਂ ਗੁਜਰਾਤ ਦੇ ਦੁਆਰਕਾ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਦੇ ਵਿੱਚ ਕਰੀਬ 14 ਲੋਕ ਜ਼ਖਮੀ ਹੋਏ ਨੇ ਅਤੇ 25 ਦੇ ਕਰੀਬ ਸਵਾਰੀਆਂ ਇਸ ਬੱਸ ਦੇ ਵਿੱਚ ਸਵਾਰ ਦੱਸੀਆਂ ਜਾ ਰਹੀਆਂ ਨੇ। ਇੱਕ ਤੇਜ਼ ਰਫ਼ਤਾਰ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਦੇ ਵਿੱਚ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਮ੍ਰਿਤਕਾਂ ਦੇ ਵਿੱਚ 4 ਬੱਚੇ ਵੀ ਸ਼ਾਮਿਲ ਦੱਸੇ ਜਾ ਰਹੇ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇੱਕ ਬੱਸ ਜਦੋਂ ਬੇਕਾਬੂ ਹੁੰਦੀ ਹੈ ਤਾਂ ਡਿਵਾਈਡਰ ਨੂੰ ਤੋੜਦੀ ਹੋਈ ਦੂਜੀ ਲੇਨ 'ਚ ਜਾ ਵੜਦੀ ਹੈ ਅਤੇ ਦੂਜੀ ਲੇਨ ਦੇ ਵਿੱਚ ਜੋ ਵਾਹਨ ਜਾ ਰਹੇ ਹੁੰਦੇ ਨੇ 3 ਵਾਹਨਾਂ ਨੂੰ ਇਸ ਬੱਸ ਦੇ ਵੱਲੋਂ ਟੱਕਰ ਮਾਰੀ ਗਈ ਹੈ ਜਿਸ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਬੱਸ ਜੋ ਹੈ ਖਦਾਨਾਂ ਦੇ ਵਿੱਚ ਜਾ ਕੇ ਲਟਕ ਜਾਂਦੀ ਹੈ ਅਤੇ ਜਿਵੇਂ ਹੀ ਇਸ ਨੂੰ ਰੈਸਕਿਊ ਕਰਨ ਲੱਗਦੇ ਨੇ ਜੇਸੀਬੀ ਮੰਗਾਈ ਜਾਂਦੀ ਹੈ ਇਸ ਨੂੰ ਰੈਸਕਿਊ ਦੇ ਲਈ ਕ੍ਰੇਨ ਮੰਗਾਈ ਜਾਂਦੀ ਹੈ ਤਾਂ ਇਹ ਇੱਕ ਪਾਸੇ ਨੂੰ ਹੀ ਪਲਟੀ ਹੋ ਜਾਂਦੀ ਹੈ। ਤਾਂ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਤਾਂ ਭਿਆਨਕ ਸੜਕ ਹਾਦਸਾ ਗੁਜਰਾਤ ਦੇ ਦੁਆਰਕਾ ਦੇ ਵਿੱਚ ਵਾਪਰਿਆ। ਜਦੋਂ ਸ਼ਾਮ ਨੂੰ 8:45 ਵਜੇ ਦੇ ਕਰੀਬ ਇਹ ਬੱਸ ਜਾ ਰਹੀ ਸੀ ਤਾਂ ਅਚਾਨਕ ਹੀ ਆਪਣਾ ਸੰਤੁਲਨ ਖੋ ਬੈਂਦੀ ਹੈ। ਸੰਤੁਲਨ ਖੋਣ ਤੋਂ ਬਾਅਦ ਡਿਵਾਈਡਰ ਦੇ ਵਿੱਚ ਵੱਜਦੀ ਹੈ, ਡਿਵਾਈਡਰ ਨੂੰ ਤੋੜਦੀ ਹੋਈ ਦੂਜੀ ਲੇਨ 'ਚ ਜਾ ਵੜਦੀ ਹੈ। ਤਾਂ ਦੂਜੀ ਲੇਨ ਦੇ ਵਿੱਚ ਪਹੁੰਚਣ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਸ ਦੇ ਵੱਲੋਂ 3 ਗੱਡੀਆਂ ਨੂੰ ਆਪਣੀ ਚਪੇੜ ਦੇ ਵਿੱਚ ਲਿਆ ਗਿਆ ਅਤੇ ਜਿਸ ਦੇ ਵਿੱਚ 3 ਗੱਡੀਆਂ ਦਾ ਵੱਡਾ ਨੁਕਸਾਨ ਹੋਇਆ ਅਤੇ 7 ਲੋਕਾਂ ਦੀ ਇਸ ਭਿਆਨਕ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਜੋ ਬੱਸ ਹੈ ਉਹ ਖਦਾਨਾਂ ਦੇ ਵਿੱਚ ਪਲਟੀ ਹੋਈ ਨਜ਼ਰ ਆ ਰਹੀ ਹੈ ਅਤੇ ਇਸੇ ਦੌਰਾਨ ਜਦੋਂ ਇਸ ਬੱਸ ਨੂੰ ਰੈਸਕਿਊ ਕੀਤਾ ਜਾ ਰਿਹਾ ਸੀ ਤਾਂ ਉਸੇ ਦੌਰਾਨ ਇਹ ਬੱਸ ਮੁੜ ਤੋਂ ਪਲਟ ਜਾਂਦੀ ਹੈ ਅਤੇ ਇਸ ਦੀਆਂ ਤਸਵੀਰਾਂ ਵੀ ਹੁਣ ਸਾਹਮਣੇ ਆਈਆਂ ਨੇ। ਤਾਂ ਗੁਜਰਾਤ ਦੇ ਦੁਆਰਕਾ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਦੇ ਵਿੱਚ ਕਰੀਬ 14 ਲੋਕ ਜ਼ਖਮੀ ਹੋਏ ਨੇ ਅਤੇ 25 ਦੇ ਕਰੀਬ ਸਵਾਰੀਆਂ ਇਸ ਬੱਸ ਦੇ ਵਿੱਚ ਸਵਾਰ ਦੱਸੀਆਂ ਜਾ ਰਹੀਆਂ ਨੇ।